ਪਤਾ ਕੀ ਜੀ, ਉਹਨਾਂ ਕੋਲ ਹੋਰ ਕੋਈ ਮੁੱਦਾ ਹੀ ਨਹੀਂ ਗਾ ਹੁਣ, ਦੱਸੋ ਕੀ ਕਰੀਏ। ਉਹ ਤਾਂ ਕਹਿੰਦੇ ਜੀ ਜਿਹੜਾ ਭਗਵੰਤ ਮਾਨ ਜਲੰਧਰ ਜਿਹੜਾ ਕਿਰਾਏ ਤੇ ਘਰ ਲੈ ਲਿਆ, ਮੈਂ ਕਦੇ ਲੈ ਲਿਆ ਜੀ, ਹਜੇ ਤਾਂ ਮੈਂ ਘਰ ਲਿਆ ਨੀ ਜਲੰਧਰ ਕਿਰਾਏ ਤੇ, ਜੇ ਲੈ ਵੀ ਲਿਆ ਮੈਂ ਦੱਸ ਦੂੰਗਾ ਤੁਹਾਨੂੰ, ਜਲੰਧਰ ਕਿਰਾਏ ਤੇ ਘਰ ਲੈ ਲਿਆ ਕਿਉਂਕਿ ਇਸ ਘਰ ਚੋਂ ਭਗਵੰਤ ਮਾਨ ਨੂੰ ਕੱਢਿਆ ਜਾਊਗਾ ਹੁਣ, ਤਾਂ ਕਰਕੇ ਮੈਂ ਜਾਖੜ ਸਾਹਿਬ ਨੂੰ ਪੁੱਛਣਾ ਚਾਹੁੰਦਾ, ਤੁਹਾਡੇ ਕਿੰਨੇ ਘਰ ਹੋ ਗਏ ਹੁਣ ਤੱਕ? ਪਹਿਲਾਂ ਤੁਸੀਂ ਫਿਰੋਜ਼ਪੁਰ ਤੋਂ ਕੱਢੇ, ਤੁਸੀਂ ਘਰ ਗੁਰਦਾਸਪੁਰ ਲੈ ਲਿਆ, ਬਾਅਦ ਗੁਰਦਾਸਪੁਰ ਵਾਲਿਆਂ ਨੇ ਤੁਹਾਨੂੰ ਕੱਢਤਾ, ਤੁਸੀਂ ਘਰ ਪੰਜਾਬ ਪੰਚਕੂਲੇ ਲੈ ਲਿਆ, ਤਾਂ ਤੁਹਾਨੂੰ ਲੱਗਿਆ ਵੀ ਮੈਨੂੰ ਮੁੱਖ ਮੰਤਰੀ ਬਣਾਉਣਗੇ ਹੁਣ, ਉਹ ਘਰ ਚੰਨੀ ਨੂੰ ਦੇਤਾ ਜੀ, ਤੁਸੀਂ ਫਿਰ ਬੀਜੇਪੀ ਵਾਲੇ ਪਾਸੇ ਘਰ ਲੈ ਲਿਆ, ਉੱਥੇ ਤੁਹਾਨੂੰ ਲੱਗਿਆ ਵੀ ਚੱਲ ਹੁਣ ਸ਼ਾਇਦ ਦਿੱਲੀ ਘਰ ਮਿਲੂਗਾ ਮੰਤਰੀ ਵਾਲਾ, ਉਹ ਬਿੱਟੂ ਨੂੰ ਦੇਤਾ ਜੀ। ਤੁਸੀਂ ਪਹਿਲਾਂ ਆਪਣੇ ਘਰ ਗਿਣ ਲਓ ਕਿਰਪਾ ਕਰਕੇ, ਮੇਰੇ ਘਰ ਦੀ ਫਿਕਰ ਨਾ ਕਰੋ, ਸਾਰਾ ਪੰਜਾਬ ਹੀ ਮੇਰਾ ਘਰ ਹੈ। ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਬੇਹੂਦੀਆਂ, ਇਹਤੋਂ ਪਹਿਲਾਂ ਵੀ ਤਿੰਨ ਚਾਰ ਵਾਰੀ ਇੱਦਾਂ ਕਰਾ ਚੁੱਕੇ ਨੇ ਉਹ। ਇੱਕ ਵਾਰੀ ਕਹਿਤਾ ਕਿ ਕੇਜਰੀਵਾਲ ਦੇ ਭਗਵੰਤ ਮਾਨ ਨੇ ਝਾਕੀਆਂ 'ਤੇ ਆਪਣੀ ਫੋਟੋ ਲਾ ਲਈ ਸੀ, ਜਦੋਂ ਮੈਂ ਕਿਹਾ ਸੀਗਾ ਮੈਂ ਰਾਜਨੀਤੀ ਛੱਡ ਦੂੰਗਾ, ਲੈ ਕਿਸੇ ਡਿਜ਼ਾਇਨ 'ਚ ਦਿਖਾ ਦਿਓ। ਬਾਅਦ 'ਚ ਜੋ ਪਾਰਟੀ ਵੀ ਮੁੱਕਰ ਗਈ, ਫਿਰ ਚੁੱਪ ਕਰਕੇ ਬਹਿ ਗਏ। ਸੋ ਮੈਨੂੰ ਨਹੀਂ ਲੱਗਦਾ ਕਿ ਜਾਖੜ ਸਾਹਿਬ ਜਿਹੜੇ ਨੇ ਉਹ, ਮੈਂ ਤਾਂ ਬਹੁਤ ਸਿਆਣਾ ਪੋਲੀਟੀਸ਼ੀਅਨ ਉਹਨਾਂ ਨੂੰ ਮੰਨਦਾ ਸੀ, ਪਰ ਜਿਸ ਤਰ੍ਹਾਂ ਦੇ ਉਹਨਾਂ ਦੇ ਬਿਆਨ ਆਉਂਦੇ ਰਹਿੰਦੇ ਨੇ, ਉਹ ਕਿਸੇ ਨਾ ਕਿਸੇ ਫਰਸਟ੍ਰੇਸ਼ਨ 'ਚ ਨੇ, ਜਾਂ ਤਾਂ ਉਹਨਾਂ ਦੀ ਕੋਈ ਇੱਛਾ ਨਹੀਂ ਪੂਰੀ ਹੋ ਰਹੀ, ਜਾਂ ਉਹਨਾਂ ਨੂੰ ਕੋਈ ਨਾ ਕੋਈ ਇਸ ਤਰ੍ਹਾਂ ਦਾ ਪਤਾ ਨਹੀਂ ਕਿਉਂ ਇੱਦਾਂ ਦਾ ਉਹਨਾਂ ਦੇ ਬਿਆਨ ਆਉਂਦੇ ਰਹਿੰਦੇ ਨੇ ਕਿ ਆ ਐਂ ਕਰਤਾ ਇਹਨੂੰ, ਐਂ ਨਾ ਕਰੀ ਉਹਨਾਂ। ਪੰਜਾਬ ਸਰਕਾਰ ਸੱਚੀ, ਪੂਰੀ ਸੱਚੀ ਭਾਵਨਾ ਨਾਲ ਕੰਮ ਕਰ ਰਹੀ ਹੈ, ਡਰੱਗਸ 'ਤੇ, ਕਰਪਸ਼ਨ 'ਤੇ, ਨੌਕਰੀਆਂ ਦੇਣ ਸੰਬੰਧੀ। ਅੱਜ ਵੀ ਹੁਣ ਮੈਂ ਹੜ੍ਹਾਂ ਦਾ ਜਿਹੜਾ, ਉਹ ਬਾਅਦ 'ਚ ਜਾਇਜ਼ਾ ਲੈਣ ਜਾਂਦੇ, ਬਾਅਦ 'ਚ ਕਿਉਂ ਜਾਂਦੇ ਜੀ, ਪਹਿਲੇ ਕਿਉਂ ਨਹੀਂ ਜਾਂਦੇ ਸੀ ਠੀਕ ਕਰਨ? ਅੱਜ ਮੈਂ ਘੱਗਰ ਦੇ ਆਲੇ ਦੁਆਲੇ ਜਿਹੜੇ ਪਿੰਡ ਨੇ, ਮਕੋੜ ਸਾਹਿਬ ਜਾਊਂਗਾ ਅੱਜ, ਆਲੇ ਦੁਆਲੇ ਪਿੰਡ ਨੇ, ਹੋਤੀਪੁਰ ਹੈ, ਕੁਦਨੀ ਹੈ, ਜਿਹੜਾ ਕੜੈਲ ਹੈ, ਚਾਂਦੂ ਹੈ, ਥੇੜੀ ਹੈ, ਮੰਡਵੀ ਹੈ, ਅੰਦਾਣਾ ਹੈ, ਮੈਂ ਉਹਨਾਂ ਪਿੰਡਾਂ 'ਚ ਆ ਰਿਹਾ, ਲੋਕਾਂ ਨਾਲ ਮਿਲ ਰਿਹਾ ਕਿ ਅੱਜ ਦੱਸੋ, ਨਾਲ ਮੇਰੇ ਸਾਰੇ ਸੈਕਟਰੀ ਇਰੀਗੇਸ਼ਨ ਵਗੈਰਾ ਸਾਰੇ ਜਾਣਗੇ ਕਿ ਕੋਈ ਕਿਨਾਰਾ, ਕਿਉਂਕਿ ਬੋਰੀਆਂ ਭਰ ਰੱਖੀਆਂ ਨੇ ਸਾਰੀਆਂ, ਹੁਣ ਹਜੇ ਟਾਈਮ ਹੈਗਾ ਕਿ ਆਪਾਂ ਕਿਨਾਰਿਆਂ ਨੂੰ ਹੋਰ, ਕਿਉਂਕਿ ਉਹ ਤੋਂ ਬਾਅਦ ਫਿਰ ਫਸਲ ਬੀਜੀ ਜਾਂਦੀ ਹੈ, ਫਿਰ ਜਾਣਾ ਮੁਸ਼ਕਿਲ ਹੋ ਜਾਂਦਾ। ਅੱਜ ਮੈਂ ਉੱਥੇ ਜਾਊਂਗਾ ਜੀ, ਅੱਜ ਤਿੰਨ ਘਰਾਂ 'ਚ, ਜਿਹਦੇ ਵਿੱਚ ਜਖੇਪਲ ਪਿੰਡ ਤੋਂ ਸ਼ਹੀਦ ਤਰਲੋਚਨ ਸਿੰਘ ਹੈ, ਫੌਜ ਦੇ ਵਿੱਚ ਸੀ, ਜਿਹਨਾਂ ਦੀ ਸ਼ਹੀਦੀ ਹੋ ਗਈ, ਅਤੇ ਹਰਸਿਮਰਨ ਸਿੰਘ ਭਸੌੜ ਤੋਂ, ਅਤੇ ਸੁਰਿੰਦਰ ਸਿੰਘ ਸ਼ਹੀਦ ਡੂਡੀਆਂ, ਇਹ ਮੂਣਕ ਦੇ ਨੇੜੇ ਹੈ। ਇਹ ਤਿੰਨੋ ਸ਼ਹੀਦ ਨੇ ਜਿਨ੍ਹਾਂ ਨੂੰ ਦੇਸ਼ ਲਈ ਸ਼ਹੀਦੀ ਦਿੱਤੀ, ਪਰ ਇਲੈਕਸ਼ਨ ਕੋਡ ਲੱਗਣ ਕਰਕੇ ਅਸੀਂ ਇਹਨਾਂ ਨੂੰ, ਇਹਨਾਂ ਦਾ ਜਿਹੜਾ ਮਾਨ ਸਨਮਾਨ ਦਾ ਜਿਹੜਾ ਪੰਜਾਬ ਸਰਕਾਰ ਦਾ 1 ਕਰੋੜ ਰੁਪਏ ਦਾ ਡਰਾਫਟ ਹੈ, ਉਹ ਨਹੀਂ ਦੇ ਸਕੇ। ਅੱਜ ਮੈਂ ਉਹਨਾਂ ਦੇ ਘਰ ਵੀ ਜਾਊਂਗਾ ਜੀ, ਕਿਉਂਕਿ ਕੋਡ ਜਿਹੜਾ ਉਹ ਚੱਕਿਆ ਗਿਆ, ਤਾਂ ਹੁਣ ਅਸੀਂ ਇਹ ਜਿਹੜਾ ਪੰਜਾਬ ਸਰਕਾਰ ਦੀ ਮਾਨ ਸਨਮਾਨ ਦੇਣ ਦੀ ਸ਼ਹੀਦ ਦੇ ਪਰਿਵਾਰ ਨੂੰ, ਉਹ ਸਕੀਮ ਹੈ, ਉਹਦੇ ਤਹਿਤ ਮੈਂ ਉਹਨਾਂ ਦੇ ਘਰ ਜਾਊਂਗਾ ਜੀ। ਬਾਕੀ ਇਹਨਾਂ ਨੂੰ ਕਹੀ ਜਾਣ ਦਿਓ ਜੀ, ਇਹਨਾਂ ਨੇ ਕਰਨਾ, ਇਹਨਾਂ ਨੂੰ ਕੁਛ ਹੈ ਨਹੀਂ, ਕੋਈ ਕਿਸੇ ਨਾਲ ਲੜੀ ਜਾਂਦਾ, ਕੋਈ ਕਿਸੇ ਨਾਲ ਲੜੀ ਜਾਂਦਾ। ਮੇਰੀ ਤਾਂ ਲੜਾਈ ਡਰੱਗਸ ਨਾਲ ਹੈ, ਮੇਰੀ ਲੜਾਈ ਮਹਿੰਗਾਈ ਨਾਲ ਹੈ, ਮੇਰੀ ਲੜਾਈ ਗਰੀਬੀ ਨਾਲ ਹੈ, ਮੇਰੀ ਲੜਾਈ ਆਮ ਪੰਜਾਬੀਆਂ ਦੇ ਜੀਵਨ ਪੱਧਰ ਨੂੰ ਉੱਚਾ ਚੱਕਣ ਦੇ ਵਿੱਚ ਰਾਹ ਜਿਹੜੇ ਅੜਿੱਕੇ ਨੇ, ਮੇਰੀ ਲੜਾਈ ਉਹਨਾਂ ਨਾਲ। No, we have just completed this exercise and we are launching an operation. ਦੇਖੋ ਤੁਹਾਨੂੰ ਹੁਣ ਥੋੜੀ ਦੱਸਾਂਗੇ ਜੀ, ਐ ਨਾ ਕਰੋ ਨਾ, ਫਿਰ ਦੱਸਾਂਗੇ, ਐ ਨਾ ਕਰੋ ਨਾ ਹੁਣ ਕਿ ਤੁਹਾਨੂੰ ਤੁਸੀਂ ਉਹ ਛੱਡ ਕੇ ਆਉਣਾ ਨੂੰ ਜੇਲ੍ਹ 'ਚ, ਹੈ ਨਾ।
ਬਣ ਗਈ ਲਿਸਟ, ਬਣ ਗਈ ਐਕਸ਼ਨ ਹੋਊਗਾ, ਉਸ ਐਕਸ਼ਨ ਚੋਂ ਕਿੰਨੇ ਕੁ ਕਿੰਨਾਂ ਦੇ ਘਰੋਂ ਕੀ ਬਰਾਮਦੀ ਹੁੰਦੀ ਹੈ ਜਾਂ ਕਿੰਨਾਂ ਦੀ ਕੀ ਇਨਵੋਲਵਮੈਂਟ ਰਹਿੰਦੀ ਹੈ ਉਹ ਸਾਰਾ ਚੈੱਕ ਕਰਨਾ। ਨਹੀਂ ਨਹੀਂ ਬਿਲਕੁਲ ਨਹੀਂ, ਬਿਲਕੁਲ ਨਹੀਂ। ਜਿਨ੍ਹਾਂ ਨੇ ਹੁਣ ਇੱਕ ਦੋ ਪੁਲਿਸ ਵਾਲੇ ਫੜੇ ਨੇ ਜਿਨ੍ਹਾਂ ਨੇ 102 ਬੰਦਿਆਂ ਤੋਂ 25-25 ਹਜ਼ਾਰ ਰੁਪਇਆ ਪਰ ਨੌਕਰੀ ਕਹਿ ਕੇ 26,02,926 ਰੁਪਏ ਆਪਦੇ ਖਾਤਿਆਂ 'ਚ ਪਵਾਏ, ਕਿਸ ਦਾ ਨਾਮ ਪਤਾ ਤੁਹਾਨੂੰ? ਉਹਨਾਂ ਦਾ ਫੋਨ ਇੱਥੇ ਆਇਆ ਸੀਗਾ, ਐਂਟੀ ਕਰਪਸ਼ਨ ਹੈਲਪ ਸੈਂਟਰ ਹੈ ਜਿਹੜਾ 9512,00,200। ਮੈਂ ਫਿਰ ਰਿਪੀਟ ਕਰ ਦਿੰਦਾ, 9501200200। ਇੱਥੇ ਫੋਨ ਕਰੋ ਜਾਂ ਸਾਡੇ ਪੋਰਟਲ 'ਤੇ ਫੋਨ ਕਰੋ ਜਾਂ ਵਿਜੀਲੈਂਸ ਨੂੰ ਦੱਸੋ, ਤੁਹਾਡੀ ਜਿਹੜੀ ਇਨਫੋਰਮੇਸ਼ਨ ਹੈ ਬਿਲਕੁਲ ਗੁਪਤ ਰੱਖੀ ਜਾਊਗੀ। ਪੰਜਾਬ ਨੂੰ ਦੁਬਾਰੇ ਪੰਜਾਬ ਬਣਾਉਣ 'ਚ ਤੁਸੀਂ ਕਿਸੇ ਤਰ੍ਹਾਂ ਦਾ ਵੀ ਯੋਗਦਾਨ ਪਾ ਸਕਦੇ ਹੋ। ਤੁਸੀਂ ਇਹ ਵੀ ਦੱਸ ਸਕਦੇ ਹੋ ਮੈਨੂੰ ਸ਼ੱਕ ਹੈ ਕਿ ਇੱਥੇ ਨਸ਼ਾ ਵਿਕਦਾ, ਸ਼ੱਕ ਵੀ ਸ਼ਾਇਦ ਤੁਹਾਨੂੰ ਨਾ ਕਨਫਰਮ ਹੋਵੇ ਕਿਸੇ ਨੂੰ, ਉਹ ਦੱਸ ਜਾਓ, ਤੁਹਾਡਾ ਕੋਈ ਨਾਂ ਨਹੀਂ ਆਊਗਾ, ਅਸੀਂ ਉਹ ਸ਼ੱਕ ਨੂੰ ਕਲੀਅਰ ਕਰਾਂਗੇ ਕਿ ਇੱਥੇ ਸ਼ੱਕ ਕਿਉਂ ਪਿਆ। ਜੇ ਤੂੰ ਹੈ ਤਾਂ ਹੀ ਉਹ ਅੱਗ ਹੁੰਦੀ ਹੈ ਨਾ, ਜੇ ਅੱਗ ਹੈ ਤਾਂ ਹੀ ਤੂੰ ਆਉਂਦਾ। ਸੋ ਇਸ ਕਰਕੇ ਇਸ ਮਾਮਲੇ 'ਚ ਸਾਡੇ ਵੱਲੋਂ ਕੋਈ ਕਿਸੇ ਨਾਲ ਮਿੱਤਰਤਾ ਨਹੀਂ, ਕੋਈ ਸਾਡਾ ਸਕਾ ਨਹੀਂ, ਕੋਈ ਪੰਜਾਬ ਲਈ ਸਾਡਾ ਕੋਈ ਕਿਸੇ ਨਾਲ ਸਾਡੀ ਯਾਰੀ ਦੋਸਤੀ ਨਹੀਂ। ਪੰਜਾਬ ਤੋਂ ਵੱਧ ਪਿਆਰ ਅਸੀਂ ਕਿਸੇ ਨੂੰ ਨਹੀਂ ਕਰਦੇ, ਔਰ ਮੇਰੇ ਲਈ ਪੰਜਾਬ ਤੋਂ ਵੱਧ ਕੋਈ ਸਕਾ ਨਹੀਂ। ਮੈਂ ਪੰਜਾਬ ਦੇ ਨਾਲ ਹਾਂ, ਮੇਰੀ ਦਿਲ ਦੀ ਇਕੱਲੀ ਇਕੱਲੀ ਧੜਕਣ, ਮੇਰੇ ਖੂਨ ਦਾ ਇਕੱਲਾ ਇਕੱਲਾ ਕਤਰਾ ਅਤੇ ਮੇਰਾ ਇਕੱਲਾ ਇਕੱਲਾ ਸਾਹ ਪੰਜਾਬ ਲਈ ਆਸਰਾ।